ਡੇਰਾ ਬਾਬਾ ਨਾਨਕ ਦੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨੇੜੇ ਤੇ ਨੇਕੜ ਨਾਲ ਨੂੰ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਤੇ ਕਿਸਾਨਾਂ ਨੇ ਦੱਸਿਆ ਕਿ ਇਹ ਅੱਗ ਡੇਰਾ ਬਾਬਾ ਨਾਨਕ ਦੀ ਆਬਾਦੀ ਦੇ ਬਿਲਕੁਲ ਨੇੜੇ ਲੱਗੀ ਹੈ। ਜੇਕਰ ਇਸ ਨੂੰ ਸਮੇਂ ਸਿਰ ਨਾ ਬੁਝਾਇਆ ਜਾਂਦਾ ਤਾਂ ਕਸਬੇ ਦੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਪਹਿਲਾਂ ਜਿੱਥੇ ਕਿਸਾਨਾਂ ਵੱਲੋਂ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ, ਉਸ ਤੋਂ ਬਾਅਦ ਨੇੜੇ ਕੋਰੀਡੋਰ ਟਰਮੀਨਲ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਤੇ ਬੜੀ ਮੁਸ਼ਕਿਲ ਨਾਲ ਅੱਗ ਨੂੰ ਕਾਬੂ ਪਾਇਆ ਗਿਆ। ਦੱਸਣਾ ਬਣਦਾ ਹੈ ਕਿ ਫਾਇਰ ਬ੍ਰਿਗੇਡ ਦੀ ਗੱਡੀ ਇੱਥੋਂ ਬਟਾਲਾ ਵਿਖੇ ਸ਼ਿਫਟ ਕੀਤੀ ਗਈ ਸੀ, ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਕਾਫ਼ੀ ਗੁੱਸਾ ਪਾਇਆ ਜਾ ਰਿਹਾ ਹੈ। ਦੇਖੋ ਮੌਕੇ ਤੇ ਮੌਜੂਦ ਕਿਸਾਨਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ। ਸਾਰੇ ਤਾਰ ਦਾ ਪਟਾਕਾ ਵੱਜਾ ਜੀ, ਆ ਮੇਨ ਜਿਹੜੀ ਜਾਂਦੀ ਪਈ ਨਾ ਗਰਾਊਂਡ ਨੂੰ, ਸਰਚ ਲਾਈਟ ਵਾਲੀ ਛੋਟੀਆਂ ਲਾਈਟਾਂ ਜੀ ਲੱਗੀਆਂ, ਇਹਦਾ ਪਟਾਕਾ ਵੱਜਣ ਕਾਰਨ ਅੱਗ ਲੱਗੀ ਤੇ 2 ਕਿੱਲੇ ਨਾ ਸੜ ਗਿਆ ਜੀ। ਅੱਛਾ, ਤੇ ਕਿੰਨਾ ਨੁਕਸਾਨ ਹੈ ਆਪਣਾ? 2 ਕਿੱਲੇ ਲਾ ਲਓ ਤੇ ਤੂੜੀ ਸਾਰੀ ਸੜ ਗਈ, ਵੇਖ ਲਓ ਪਿਛਲੇ ਬੰਨੇ ਕੁਝ ਵੀ ਨਹੀਂ ਬਚਿਆ। ਹਾਂਜੀ, 15,000 ਦਾ ਨੁਕਸਾਨ ਹੋ ਗਿਆ ਜੀ। 3 ਏਕੜ ਤੁਹਾਡੇ ਸਾਹਮਣੇ ਕੋਈ ਪ੍ਰਬੰਧ ਨਹੀਂ ਇੱਥੇ ਹੈਗਾ ਜੀ। ਆ ਫਾਇਰ ਬ੍ਰਿਗੇਡ ਪਿਛਲੀ ਸਰਕਾਰ ਨੇ ਦਿੱਤੀ ਸੀ, ਕਾਂਗਰਸ ਸਰਕਾਰ ਨੇ, ਇਹ ਵੀ ਚੁੱਕ ਕੇ ਤੇ ਬਟਾਲੇ ਛੋੜ ਦਿੱਤੀ ਹੈ ਕਿ ਘਰ ਇੱਥੇ ਲੋਕ ਨਹੀਂ ਵਸਦੇ, ਇੱਥੇ ਨੁਕਸਾਨ ਨਹੀਂ ਹੋ ਸਕਦਾ। ਸ਼ਹਿਰ ਦੇ ਲਾਗੇ ਅੱਗ ਲੱਗੀ ਆ, ਜੇ ਘਰਾਂ ਦੇ ਵਿੱਚ ਅੱਗ ਵੜ ਜਾਂਦੀ ਹੈ ਕੌਣ ਜ਼ਿੰਮੇਵਾਰ ਆ? ਹੈ ਕਿ ਪ੍ਰਸ਼ਾਸਨ ਨੂੰ 1 ਘੰਟਾ ਹੋ ਗਿਆ ਫੋਨ ਕੀਤਾ, 1 ਘੰਟੇ ਬਾਅਦ ਆ ਕੋਰੀਡੋਰ ਤੋਂ ਆਈ ਆ ਫਾਇਰ ਬ੍ਰਿਗੇਡ। ਆਪਣੀ ਜਿਹੜੀ ਫਾਇਰ ਬ੍ਰਿਗੇਡ ਗਈ, ਉਹਨਾਂ ਨੂੰ ਤਨਖਾਹਾਂ ਨਹੀਂ, ਮੁਲਾਜ਼ਮਾਂ ਦਿੱਤੀਆਂ, ਕਹਿ ਰਹੀਆਂ ਸਰਕਾਰਾਂ ਨੇ ਕੀ ਕਰਨ ਡਈਆਂ ਨੇ ਜਿਵੇਂ ਕਿ ਸਿਰਫ ਮੁਲਾਜ਼ਮਾਂ ਨੂੰ ਸਰਾਵਾਂ ਦਿੰਦੀਆਂ ਤੇ ਨੌਕਰੀਆਂ ਕਾਹਦੇ ਵਾਸਤੇ ਦਿੰਦੇ ਆ? ਇੰਨੀਆਂ ਨੌਕਰੀਆਂ ਦੇ ਦਿੱਤੀਆਂ, ਹਾਂ ਆਹ ਕਰਤਾ, ਹਾਂ ਜਾਓ ਕਰਤਾ, ਕੀ ਕਰਤਾ ਇਹਨਾਂ? ਆਹ ਨੁਕਸਾਨ ਹੋ ਗਿਆ, ਮਹਾਂ ਬਚਾਅ ਹੋਇਆ ਟਰੈਕਟਰਾਂ ਦੇ ਨਾਲ, ਫਾਇਰ ਬ੍ਰਿਗੇਡ ਆਈ, ਜਿਹੜੇ ਅੱਗ ਤੇ ਕਾਬੂ ਪਾਇਆ ਗਿਆ ਵਾ, ਕੀ ਕਰ ਲੈਣਾ ਇੱਥੇ ਕਿਸੇ ਨੇ? ਹੁਣ ਕੀ ਮੰਗ ਹੈ ਪ੍ਰਸ਼ਾਸਨ ਤੋਂ? ਮੰਗ ਕਹਿ ਦਈਏ ਇਹਨਾਂ ਕੀ ਮੰਗ ਤੇ ਕਰਦੇ ਆ, ਨੁਕਸਾਨ ਜ਼ਿੰਮੇਦਾਰਾਂ ਨੂੰ ਨੁਕਸਾਨ ਹੋਇਆ ਭਰਿਆ ਜਾਏ, ਇਹਦੀ ਕੋਈ ਹੈਲਪ ਕੀਤੀ ਜਾਏ। ਮੂਲ ਰਾਜ ਪੱਟੀ, ਦਿਵਿਆ, ਪੰਜਾਬ ਟੀਵੀ, ਡੇਰਾ ਬਾਬਾ ਨਾਨਕ।